ਤੁਹਾਡਾ ਵਿਸ਼ਵਾਸ ਤੁਹਾਨੂੰ ਮਿਰਕਲਸ ਦਿੰਦਾ ਹਾਲੇਲੂਇਆ ਮੇਰੀ ਗਵਾਹੀ ਮੇਰੀ ਸਿਸਟਰ ਦੀ ਆ ਜੋ ਫੋਰਨ ਦੇ ਵਿੱਚ ਇਟਲੀ ਦੇ ਵਿੱਚ ਰਹਿ ਰਹੇ ਆ 7 ਸਾਲ ਹੋ ਗਏ ਉਹਨਾਂ ਦੀ ਮੈਰਿਜ ਨੂੰ 2 ਪਹਿਲਾਂ ਬੇਟਾ ਬੇਟੀ ਆ ਔਰ 3rd ਬੇਬੀ ਸੀ ਜੋ ਬੇਟੀ ਸੀਗੀ ਤੋਂ ਜਿਸ ਦਿਨ ਉਹਨਾਂ ਦਾ ਬੇਬੀ ਹੋਣ ਵਾਲਾ ਸੀ ਉਸ ਦਿਨ ਡਾਕਟਰਾਂ ਕੋਲ ਜੋ ਚੈੱਕਅਪ ਕਰਾਉਣ ਦੇ ਲਈ ਗਏ ਤੋਂ ਉਹਨਾਂ ਨੇ ਦੱਸਿਆ ਕਿ ਜਾਂ ਸਿਸਟਰ ਬਚੂਗੀ ਜਾਂ ਬੇਟੀ ਬਚੂਗੀ ਕਿਉਂਕਿ ਬੇਬੀ ਹੋਣ ਵਾਲਾ ਸੀ ਉਹ ਬੇਟੀ ਜੋ ਸੀਗੀ ਉਹ ਬੱਚੇਦਾਨੀ ਚੋਂ ਬਾਹਰ ਆ ਕੇ ਜੀਵਤ ਸੀਗੀ ਤਾਂ ਡਾਕਟਰ ਖੁਦ ਹੈਰਾਨ ਸੀਗੇ ਪਰ ਮੈਂ ਉਹਨਾਂ ਨੇ ਮੇਰੇ ਮਦਰ ਨੇ ਉੱਧਰ ਫੌਰਨ ਤੋਂ ਫੋਨ ਕੀਤਾ ਕਹਿੰਦੇ ਵੀ ਪ੍ਰਾਰਥਨਾ ਕਰਾ ਦੇ ਲਾਸਟ ਟਾਈਮ ਚੱਲ ਰਿਹਾ ਤਾਂ ਮੈਂ ਕਾਲ ਸੈਂਟਰ 'ਤੇ ਪ੍ਰਾਰਥਨਾ ਕਰਾਈ ਅਤੇ ਕਾਲ ਸੈਂਟਰ ਤੋਂ ਪ੍ਰਾਰਥਨਾ ਕਰਨ 'ਤੇ ਉਹਨਾਂ ਨੇ ਦੱਸਿਆ ਸਿਸਟਰ ਨੇ ਫੋਨ ਜਦ ਮੈਂ ਉਹਨਾਂ ਨੇ ਕਿਹਾ ਕਿ ਸੇਮ ਗ੍ਰੇਸ ਜੋ ਸਾਡੇ ਸਪਿਰਚੁਅਲ ਫਾਦਰ 'ਤੇ ਆ ਸੇਮ ਤੁਸੀਂ ਗ੍ਰੇਸ ਆਪਣੀ ਸਿਸਟਰ 'ਤੇ ਰਿਸੀਵ ਕਰੋ ਤਾਂ ਮੈਂ ਰਿਸੀਵ ਕੀਤੀ ਔਰ ਮਾਂ ਔਰ ਬੇਟੀ ਦੋਨੇ ਠੀਕ ਆ ਅਤੇ ਬਸ ਜੀ ਇਹਨਾਂ ਦੀ ਸਿਸਟਰ ਦੀ ਮੈਰਿਜ ਨੂੰ 7 ਸਾਲ ਹੋ ਗਏ ਸੀਗੇ ਅਤੇ ਜਦੋਂ ਸਕੈਨਿੰਗ ਕਰਾਈ ਡਾਕਟਰਾਂ ਨੇ ਦੱਸਿਆ ਕਿ ਇਹਨਾਂ ਨੂੰ ਖਤਰਾ ਬੱਚੇ ਨੂੰ ਵੀ ਖਤਰਾ ਆ ਅਤੇ ਇਹਨਾਂ ਦੀ ਸਿਸਟਰ ਨੂੰ ਵੀ ਖਤਰਾ ਆ ਕਿਉਂਕਿ ਡਾਕਟਰਾਂ ਨੇ ਸਕੈਨਿੰਗ ਕੀਤੀ ਦੇਖਿਆ ਕਿ ਪ੍ਰੈਗਨੈਂਸੀ ਤੋਂ ਬਾਅਦ ਜਿਹੜਾ ਬੱਚਾ ਆ ਇਹਨਾਂ ਦੀ ਸਿਸਟਰ ਦਾ ਜਿਹੜਾ ਉਹ ਬੱਚੇ ਦਾ ਯੂਟਰਸ ਉਹ ਫਟ ਚੁੱਕਾ ਆ ਅਤੇ ਬੱਚਾ ਬਾਹਰ ਆ ਚੁੱਕਾ ਆ ਅਤੇ ਡਾਕਟਰ ਹੈਰਾਨ ਸੀ ਕਿ ਬੱਚਾ ਜੀਵਿਤ ਕਿੱਦਾਂ ਆ ਅਤੇ ਉਹ ਕਹਿੰਦੇ ਸੀ ਵੀ ਖਤਰਾ ਆ ਵੀ ਕੁਛ ਵੀ ਹੋ ਸਕਦਾ ਲੇਕਿਨ ਜਦੋਂ ਬੇਬੀ ਹੋਇਆ ਬਿਲਕੁਲ ਸਹੀ ਸੀਗਾ ਅਤੇ ਇਹਨਾਂ ਦੀ ਜਿਹੜੀ ਸਿਸਟਰ ਉਹ ਵੀ ਸਹੀ ਆ ਅਤੇ ਬੇਬੀ ਵੀ ਬਿਲਕੁਲ ਠੀਕ ਆ ਪਰਮੇਸ਼ਰ ਨੇ ਬਚਾ ਕੇ ਰੱਖਿਆ ਜਿੱਦਾਂ ਹੀ ਕਾਲ ਸੈਂਟਰ ਤੋਂ ਪ੍ਰੇਅਰ ਰਿਸੀਵ ਕੀਤੀ ਉਹਨਾਂ ਨੇ ਕਿਹਾ ਉਹ ਮਸਾ ਜੋ ਸਾਡੇ ਫਾਦਰ ਦੀ ਜ਼ਿੰਦਗੀ 'ਚ ਆ ਤੁਸੀਂ ਵਿਸ਼ਵਾਸ ਕਰੋ ਕੁਛ ਨਹੀਂ ਹੋਵੇਗਾ ਇਹਨਾਂ ਦੀ ਸਿਸਟਰ ਨੇ ਵਿਸ਼ਵਾਸ ਕੀਤਾ ਅਤੇ ਬਿਲਕੁਲ ਦੋਨੇ ਹੀ ਸਿਸਟਰ ਅਤੇ ਉਹਨਾਂ ਦਾ ਬੱਚਾ ਬਿਲਕੁਲ ਸਹੀ ਸੀਗਾ ਕੋਈ ਸਮੱਸਿਆ ਨਹੀਂ ਆਈ।